फगवाड़े उस समय सनसनी फैल गई जदों ट्रेन की चपेट विच आउण नाल इक व्यक्ति की मौत हो गई। इस संबंधी जानकारी दिंदिया चौंकी GRP दे ASI हरिंदर सिंह ने दस्या कि उन्हां नूं स्टेशन मास्टर वालों सूचना मिली सी कि अमृतसर तो जयनगर जा रही ट्रेन थले व्यक्ति आ गया है। जदों उन्हां मौके ते आके देखिया तां उस व्यक्ति की मौत हो चुकी सी। उन्हां कहा कि व्यक्ति कोई भी पहचान पत्र ना होण कारण उसकी पहचान नहीं हो सकी है। उन्हां वालों लाश नूं फिलहाल सिविल हस्पताल भिजवा दिता गया है और दस्या है कि कोई भी व्यक्ति इस नूं जानदा है तां चौंकी GRP फगवाड़ा नाल संपर्क कर सकता है। ਮਾਮਲਾ ਭਾਅ ਜੀ ਇੱਦਾਂ ਇੱਕ ਸਟੇਸ਼ਨ ਮਾਸਟਰ ਫਗਵਾੜਾ ਨੂੰ ਸਾਨੂੰ ਮੀਮੋ ਆਈ ਸੀ, ਮੈਂ ਪਲੇਟਫਾਰਮ ਡੂਟੀ 'ਤੇ ਸੀ ਹਰਿੰਦਰ ਸਿੰਘ, ਅਤੇ ਵੀ ਇੱਕ ਗੱਡੀ ਜਿਹੜੀ ਆ 5652 ਜੈਨਗਰ ਅੰਮ੍ਰਿਤਸਰ, ਅਤੇ ਇੰਜਨ ਦੇ ਵੇ ਫੇਟ ਵੱਜਣ ਕਾਰਨ ਬੰਦਾ ਇੱਕ ਜਿਹੜਾ ਗੱਡੀ ਫੇਟ ਵਿੱਚ ਵੱਜਣ ਕਾਰਨ ਉੱਤੇ ਮਰ ਗਿਆ। ਅਤੇ ਜੇ ਮੈਂ ਮੌਕੇ 'ਤੇ ਹਾਂ ਆਪਣੇ ਸਟਾਫ ਦੇ ਨਾਲ, ਮੌਕੇ 'ਤੇ ਆਣ ਕੇ ਦੇਖਿਆ ਬੰਦਾ ਇੱਕ ਗੱਡੀ ਦੀ ਫੇਟ ਵੱਜਣ ਕਰਕੇ ਵੱਡੀ ਪਾਵਰ ਦੇ ਵਿੱਚ ਫਸਿਆ ਸੀ, ਉਹਨੂੰ ਕੱਢ ਕੇ ਦੇਖ ਕੇ ਉਹਦੀ ਡੈਥ ਹੋ ਚੁੱਕੀ ਸੀ। ਜਿਸ ਨੂੰ ਜਿਹਦੀ ਪਛਾਣ ਪੱਤਰ ਕੋਈ ਨਹੀਂ ਮਿਲਿਆ। ਗੱਡੀ ਕਿੱਧਰੋਂ ਲੱਗਦਾ ਪਿਆ ਜੀ, ਮਤਲਬ ਐਕਸੀਡੈਂਟ ਹੋਣ ਕਾਰਨ ਕੀ ਸਾਹਮਣੇ ਆ? ਕਾਰਨ ਇਹ ਲੈਣਾ ਕ੍ਰਾਸ ਕਰਦਾ ਦੱਸਦੇ, ਵੇਖਣਾ ਲੋਕ ਦੱਸਦੇ ਲੈਣਾ ਕ੍ਰਾਸ ਕਰਦਾ ਗੱਡੀ ਦੀ ਫੇਟ ਵਿੱਚ ਵੱਜਣ ਕਰਕੇ ਆ ਗਿਆ ਅਤੇ ਡੈਥ ਹੋ ਗਈ ਆ। ਅਤੇ ਹੈਗਾ ਸਾਧੂ ਟੈਪ ਜੀ। ਕੀ ਕੋਈ ਪਹਿਚਾਣ ਹੈ ਦੀ? ਕੋਈ ਪਹਿਚਾਣ ਪੱਤਰ ਨਹੀਂ ਨਿਕਲਿਆ। ਉਹ ਕੀ ਕੀਤੀ ਜਾ ਰਹੀ ਕਾਰਵਾਈ? ਕਾਰਵਾਈ 174 ਦੀ ਕੀਤੀ ਜਾ ਰਹੀ ਆ। ਸਰ ਗੱਡੀ ਕਿੱਧਰੋਂ ਕਿੱਧਰ ਆ ਰਹੀ ਸੀ? ਬੋਲੇ ਅੰਮ੍ਰਿਤਸਰ ਤੋਂ ਜੈਨਗਰ ਨੂੰ ਜਾ ਰਹੀ ਸੀ। ਅਤੇ ਡੈਡ ਬੋਡੀ ਜੀ? ਡੈਡ ਬੋਡੀ ਜਿਹੜੀ ਆ ਹੁਣ 172 ਘੰਟੇ ਵਾਸਤੇ ਬੜਾ ਇਸ ਨਾਲ ਆਪਣੇ ਸਿਵਲ ਹਸਪਤਾਲ ਮੋਰਚੀ ਰੱਖੀ ਰਖਾਈ ਜਾ ਰਹੀ। ਕੋਈ ਪਹਿਚਾਣ ਨਹੀਂ ਅਜੇ ਤੱਕ? ਕੋਈ ਅਜੇ ਤੱਕ ਕੋਈ ਪਹਿਚਾਣ ਨਹੀਂ। ਜੇ ਕਿਸੇ ਨੂੰ ਪਹਿਚਾਣ ਹੁੰਦੀ ਤਾਂ ਉਹ ਕਿੱਥੇ ਇਤਲਾਹ ਦੇਵੇ? ਮੇਰਾ ਨਾਂ ਹਰਿੰਦਰ ਸਿੰਘ ਜੀ, ਐਸ ਏ GRP ਫਗਵਾੜਾ, ਫੋਨ ਨੰਬਰ 98 47 94 982। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਦੁੱਖ ਤੋਂ ਨਾ ਘਬਰਾਓ, ਸਾਨੂੰ ਫੋਨ ਲਗਾਓ। ਗੁਰੂ ਅਜਮੇਰੀ ਬਾਬਾ ਜੀ। MBA ਕਰਨ ਤੋਂ ਬਾਅਦ ਨੌਕਰੀ ਦੀ ਲਈ ਮੈਂ ਇੱਧਰ ਉੱਧਰ ਬਹੁਤ ਧੱਕੇ ਖਾਧੇ, ਪਰ ਮੇਰੀ ਕਿਤੇ ਵੀ ਕੋਈ ਗੱਲ ਨਹੀਂ ਬਣੀ। ਫਿਰ ਇੱਕ ਦਿਨ ਮੈਨੂੰ ਮੇਰੇ ਯਾਰ ਦੋਸਤ ਨੇ ਬਾਬਾ ਜੀ ਬਾਰੇ ਦੱਸਿਆ। ਫਿਰ ਕੀ, ਫਿਰ ਮੈਂ ਬਾਬਾ ਜੀ ਕੋਲ ਗਿਆ। ਬਾਬਾ ਜੀ ਦੀ ਤਾਂ ਐਸੀ ਮਿਹਰ, ਉਹਨਾਂ ਨੇ ਤਾਂ ਮੇਰੀਆਂ ਅੱਖਾਂ ਹੀ ਖੋਲ ਦਿੱਤੀਆਂ। ਅੱਜ ਦੇਖੋ, ਮੈਂ ਨੌਕਰੀ ਨਹੀਂ ਆਪਣਾ ਬਿਜ਼ਨਸ ਕਰ ਰਿਹਾ। ਧੰਨਵਾਦ ਬਾਬਾ ਜੀ। ਕਾਲੇ ਇਲਮ ਨਾਲ ਕੁਛ ਘੰਟਿਆਂ 'ਚ ਹੀ ਸਮਾਧਾਨ, ਗਰੰਟੀ ਦੇ ਨਾਲ ਹਰ ਇਲਮ ਦੇ ਮਾਹਿਰ। ਮੈਂ ਆਪਣੀ ਲਵ ਮੈਰਿਜ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ, ਬਹੁਤ ਜਗ੍ਹਾ ਜਗ੍ਹਾ ਘੁੰਮੀ ਪਰ ਕੋਈ ਸਮਾਧਾਨ ਨਹੀਂ ਮਿਲਿਆ। ਫਿਰ ਮੈਨੂੰ ਕਿਸੇ ਨੇ ਬਾਬਾ ਜੀ ਦੇ ਬਾਰੇ ਦੱਸਿਆ। ਮੈਂ ਬਾਬਾ ਜੀ ਦੇ ਦਰਬਾਰ ਗਈ। ਬਾਬਾ ਜੀ ਨੇ ਤਾਂ ਕੁਝ ਘੰਟਿਆਂ ਵਿੱਚ ਮੇਰੀ ਸਾਰੀ ਸਮੱਸਿਆ ਦਾ ਸਮਾਧਾਨ ਕਰ ਦਿੱਤਾ। ਮੇਰਾ ਵਿਆਹ ਉੱਥੇ ਪੱਕਾ ਹੋ ਗਿਆ ਜਿੱਥੇ ਮੈਂ ਚਾਹੁੰਦੀ ਸੀ। ਮੈਂ ਦਿਲੋਂ ਧੰਨਵਾਦ ਕਰਦੀ ਹਾਂ ਬਾਬਾ ਜੀ। ਜਿਸ ਤਰ੍ਹਾਂ ਨੌਕਰੀ, ਕਾਰੋਬਾਰ, ਵਿਦੇਸ਼ ਯਾਤਰਾ, ਗ੍ਰਹਿ ਕਲੇਸ਼, ਲਵ ਮੈਰਿਜ ਸਮੱਸਿਆ, ਜਾਦੂ ਟੋਣਾ, ਕੀਤਾ ਕਰਾਇਆ, ਸੌਂਕਣ ਦੁਸ਼ਮਣ ਦਾ ਸਰਵਨਾਸ਼ ਕਰਵਾਓ, ਉਹ ਵੀ ਘਰ ਬੈਠੇ। ਵਸ਼ੀਕਰਨ ਮੁਟਕਰਨੀ ਦੇ ਸੁਪਰ ਸਪੈਸ਼ਲਿਸਟ। ਮੇਰਾ ਹਮੇਸ਼ਾ ਘਰ ਵਿੱਚ ਲੜਾਈ ਝਗੜਾ ਚੱਲਦਾ ਰਹਿੰਦਾ ਸੀ। ਮੇਰੀ ਘਰ ਵਾਲੀ ਸੋਚਦੀ ਸੀ ਕਿ ਮੇਰਾ ਕਿਸੇ ਹੋਰ ਨਾਲ ਚੱਕਰ ਚੱਲ ਰਿਹਾ ਹੈ। ਮੈਂ ਬਹੁਤ ਪਰੇਸ਼ਾਨ ਰਹਿਣ ਲੱਗਿਆ। ਇੱਕ ਦਿਨ ਮੈਂ ਬਾਬਾ ਜੀ ਦੇ ਦਰਬਾਰ ਚਲਾ ਗਿਆ ਅਤੇ ਬਾਬਾ ਜੀ ਨੇ ਮੈਨੂੰ ਇੱਕ ਛੋਟਾ ਜਿਹਾ ਉਪਾਅ ਦੱਸਿਆ। ਉਸ ਉਪਾਅ ਦੇ ਨਾਲ ਮੇਰੀ ਜ਼ਿੰਦਗੀ ਖੁਸ਼ਹਾਲ ਰਹਿਣ ਲੱਗੀ। ਧੰਨਵਾਦ ਬਾਬਾ ਜੀ। ਅੱਜ ਹੀ ਮਿਲੋ ਗੁਰੂ ਅਜਮੇਰੀ ਬਾਬਾ ਜੀ ਨੂੰ, ਜਿਨ੍ਹਾਂ ਦਾ ਮੋਬਾਈਲ ਨੰਬਰ ਹੈ 9815460154, ਲੁਧਿਆਣਾ।